ਮਾਂ ਨੇ ਬੜਾ ਸਮਝਾਇਆ ਪਰ ਗੰਗੂ ਨਹੀਂ ਮੰਨਿਆ। ਰਾਤ ਪੈ ਗਈ, ਮਾਤਾ ਜੀ ਸਾਹਿਬਜ਼ਾਦੇ ਸੌਂ ਗਏ। ਗੰਗੂ ਅੱਧੀ ਕੁ ਰਾਤ ਉੱਠਿਆ, ਮਾਇਆ ਦੀ ਖੁਰਜੀ ਲੈ ਜਾ ਕੇ ਦੂਜੇ ਕਮਰੇ ਵਿੱਚ ਦੱਬ ਦਿੱਤੀ, ਉੱਤੇ ਮਿੱਟੀ ਪਾ ਦਿੱਤੀ, ਬਾਹਰ ਆ ਕੇ ਰੌਲਾ ਪਾ ਦਿੱਤਾ, ਚੋਰ ਚੋਰ ਮੈਂ ਲੁੱਟਿਆ ਗਿਆ। ਮਾਤਾ ਗੁਜਰੀ ਜੀ ਕਹਿਣ ਲੱਗੇ ਵੀ ਗੰਗਿਆ, ਮੈਂ ਤਾਂ ਸਾਰੀ ਰਾਤ ਜਾਗਦੀ ਰਹੀ ਹਾਂ, ਇੱਥੇ ਕੋਈ ਆਦਮੀ ਨਹੀਂ ਆਇਆ, ਵੀ ਬੇਟਾ ਤੈਨੂੰ ਮਾਇਆ ਦੀ ਲੋੜ ਹੈ, ਸਾਰੀ ਲੈ ਲਾ। ਪਰ ਇਹੋ ਜਿਹੀਆਂ ਹੇਰਾ ਫੇਰੀਆਂ ਕਿਉਂ ਕਰਦਾ? ਗੰਗੂ ਸ਼ਰਮਿੰਦਾ ਔਰ ਕ੍ਰੋਧ ਵਿੱਚ ਆ ਗਿਆ, ਕਹਿੰਦਾ ਮਾਤਾ ਜੀ ਨਾਲੇ ਮੈਂ ਤੁਹਾਨੂੰ ਕਰ ਲਿਆ ਆਇਆ, ਨਾਲੇ ਮੈਨੂੰ ਚੋਰ ਸਮਝ ਰਹੇ ਜੇ, ਮੈਂ ਹੁਣੇ ਜਾਣਾ ਪੁਲਿਸ ਨੂੰ ਦੇਣਾ ਖਬਰ। ਵੇਖ ਗੰਗਿਆ ਇਹ ਪਾਪ ਨਾ ਕਰੀ, ਪਾਪੀ ਉਸ ਵੇਲੇ ਮੁਰੰਡੇ ਗਿਆ, ਜਾਨੀ ਖਾਂ ਮਾਨੀ ਖਾਂ ਥਾਣੇਦਾਰ ਨੂੰ ਖਬਰ ਦਿੱਤੀ, ਕਹਿਣ ਲੱਗਾ ਮੈਨੂੰ ਇਨਾਮ ਮਿਲਣਾ ਚਾਹੀਦਾ, ਗੁਰੂ ਗੋਬਿੰਦ ਸਿੰਘ ਦੀ ਮਾਤਾ ਔਰ ਉਹਨਾਂ ਦੇ ਸਾਹਿਬਜ਼ਾਦਿਆਂ ਨੂੰ ਮੈਂ ਗ੍ਰਿਫਤਾਰ ਕਰਵਾ ਰਿਹਾ ਹਾਂ। ਥਾਣੇਦਾਰ ਨੇ ਕਿਹਾ ਗੰਗੂ ਤੈਨੂੰ ਬੜਾ ਇਨਾਮ ਮਿਲੇਗਾ। ਉਸ ਵੇਲੇ ਪੁਲਿਸ ਦੀਆਂ ਗਾਰਦਾਂ ਲਈਆਂ, ਆਣ ਕੇ ਪਿੰਡ ਨੂੰ ਘੇਰਾ ਪਾ ਲਿਆ, ਮਾਤਾ ਗੁਜਰੀ ਜੀ ਨੂੰ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਮੁਰੰਡੇ ਲਿਆਂਦੇ ਔਰ ਰਾਤ ਹਵਾਲਾਤ ਵਿੱਚ ਰੱਖੇ, ਦੂਜੇ ਦਿਨ ਸਰਹੰਦ ਪਹੁੰਚਾ ਦਿੱਤੇ ਗਏ। ਪਤਾ ਲੱਗਾ ਹੈ ਕਿ ਨਵਾਬ ਵਜ਼ੀਰ ਖਾਨ ਚਮਕੌਰ ਦਾ ਜੰਗ ਲੜਨ ਲਈ ਗਿਆ ਹੈ, ਨਵਾਬ ਸਾਹਿਬ ਆਉਣਗੇ, ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਏਗਾ। ਮਾਤਾ ਜੀ ਨੂੰ ਔਰ ਸਾਹਿਬਜ਼ਾਦਿਆਂ ਨੂੰ ਹਵਾਲਾਤ ਵਿੱਚ ਭੇਜ ਦਿੱਤਾ। 8 ਪੋਹ ਨੂੰ ਚਮਕੌਰ ਸਾਹਿਬ ਦਾ ਜੰਗ ਸਮਾਪਤ ਹੋਇਆ, 9 ਪੋਹ ਨੂੰ ਵਜ਼ੀਰ ਖਾਨ ਸਰਹੰਦ ਆਇਆ, 10 ਪੋਹ ਨੂੰ ਆਰਾਮ ਕੀਤਾ, 11 ਪੋਹ ਦਾ ਸੂਰਜ ਚੜ੍ਹਿਆ। ਸੁਣ ਕੇ ਬੜਾ ਖੁਸ਼ ਹੋਇਆ ਕਿ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਔਰ ਮਾਤਾ ਗ੍ਰਿਫਤਾਰ ਹੋ ਗਏ ਨੇ, ਹੁਣ ਮੈਂ ਉਹਨਾਂ ਦੀ ਤਾਉਣ ਨੀਵੀਂ ਕਰਾਂਗਾ। ਬੜਾ ਖੁਸ਼ ਹੋਇਆ, ਕਹਿੰਦਾ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਏ। ਮਾਤਾ ਗੁਜਰੀ ਜੀ ਨੇ ਬੱਚਿਆਂ ਨੂੰ ਉਠਾਇਆ, ਪਿਆਰ ਕੀਤਾ, ਮੱਥੇ ਚੁੰਮੇ। ਲਾਲ ਜੀਓ, ਜ਼ਿੰਦਗੀ 'ਚ ਬੜੀਆਂ ਖੇਡਾਂ ਖੇਡੀਆਂ ਨੇ, ਅੱਜ ਆਖਰੀ ਖੇਡ ਖੇਡਣੀ ਹੈ, ਵੇਖਿਆ ਜੇ ਕਿਤੇ ਹਾਰ ਨਾ ਜਾਇਆ ਜੇ। ਬੇਟਾ ਜ਼ਿੰਦਗੀ 'ਚ ਬੜੇ ਇਮਤਿਹਾਨ ਦਿੱਤੇ ਨੇ, ਅੱਜ ਆਖਰੀ ਇਮਤਿਹਾਨ ਹੋਣ ਲੱਗਾ ਹੈ, ਵੇਖਿਆ ਜੇ ਕਿਤੇ ਫੇਲ ਨਾ ਹੋ ਜਾਇਆ ਜੇ। ਮਾਤਾ ਗੁਜਰੀ ਜੀ ਇੱਕ ਲਾਲਾ ਨੂੰ ਸਿਰ ਉੱਤੇ ਪਿਆਰ ਦੇ ਕੇ ਕੁਝ ਸਿੱਖਿਆ ਦੀ ਅੱਖਰ ਇਉਂ ਕਹਿ ਰਹੀ। ਮਾਤਾ ਮੱਥੇ ਚੁੰਮੇ ਵਰ ਗੁਰਦਾਰਾ ਦੇ ਮਾਤਾ।